ਨਮਸਕਾਰ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਰਜਿੰਦਰ ਕੌਰ ਸੈਣੀ ਪੰਜਾਬੀ ਚੋਣਮੀਆਂ ਖਬਰਾਂ ਤਰਵਿੰਜ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਗੋਆ ਵਿੱਚ ਰੰਗਾਂ ਰੰਗ ਸ਼ੁਰੂਆਤ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਅਨੁਸਾਰ ਭਾਰਤ ਨੂੰ ਕੰਟੈਂਟ ਦਾ ਹੱਬ ਬਣਾਇਆ ਜਾਵੇਗਾ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 5 ਦਸੰਬਰ ਸ਼ਾਮ ਤੱਕ ਐਗਜ਼ਿਟ ਪੋਲ ਤੇ ਲਗਾਈ ਪਾਬੰਦੀ ਫੌਜ ਵਿੱਚ ਅਗਨੀਵੀਰ ਜਵਾਨਾਂ ਦੀ ਭਰਤੀ ਲਈ ਰੈਲੀ ਕੱਲ ਸਵੇਰ ਤੋਂ ਜਲੰਧਰ ਕੈਂਟ ਵਿੱਚ ਤੇ 1 ਮਹੀਨੇ ਤੱਕ ਚੱਲਣ ਵਾਲਾ FIFA ਫੁੱਟਬਾਲ ਵਿਸ਼ਵ ਕੱਪ ਕਤਰ ਵਿੱਚ ਹੋਇਆ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਰਵਿੰਚਮਾ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ IFFI ਅੱਜ ਕੋਆ ਵਿਖੇ ਤਾਲੇਗਾਓਂ ਦੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋਇਆ 28 ਨਵੰਬਰ ਤੱਕ ਚੱਲਣ ਵਾਲੇ ਇਸ ਫਿਲਮ ਫੈਸਟੀਵਲ ਦੌਰਾਨ 79 ਦੇਸ਼ਾਂ ਦੀਆਂ 280 ਫਿਲਮਾਂ ਦਿਖਾਈਆਂ ਜਾਣਗੀਆਂ ਫਿਲਮ ਫੈਸਟੀਵਲ ਦੀ ਸ਼ੁਰੂਆਤ ਆਸਟ੍ਰੇਲੀਆ ਦੀ ਫਿਲਮ ਅਲਮਾ ਐਂਡ ਔਸਕਰ ਨਾਲ ਹੋਈ ਭਾਰਤ ਦੀਆਂ 25 ਫੀਚਰ ਅਤੇ 19 ਗੈਰ ਫੀਚਰ ਫਿਲਮਾਂ ਨੂੰ ਇੰਡੀਅਨ ਪੈਨੋਰਾਮਾ ਤੇ ਵਿਖਾਇਆ ਜਾਏਗਾ ਜਦਕੀ 183 ਫਿਲਮਾਂ ਅੰਤਰਰਾਸ਼ਟਰੀ ਪ੍ਰੋਗਰਾਮ ਦਾ ਹਿੱਸਾ ਬਣਨ ਗਿਆ ਉਦਘਾਟਨ ਸਮਾਗਮ ਵਿੱਚ ਕੋਆ ਦਾ ਰਾਜਪਾਲ ਪੀਐਸ ਸ੍ਰੀਤਰਨਪੱਲਾਈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ, ਗੋਆ ਦੇ ਮੁੱਖ ਮੰਤਰੀ ਪ੍ਰਮੋਤ ਸਾਵੰਤ, ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰੁਗਨ, ਸੂਚਨਾ ਤੇ ਪ੍ਰਸਾਰਣ ਸਕੱਤਰ ਅਪੁਰਵ ਚੰਦਰ ਤੋਂ ਇਲਾਵਾ ਮਿਰਨਾਲ ਠਾਕੁਰ, ਵਰਨਤਾਵਨ, ਕੈਥਰੀਨ ਟਰਸਾਸ, ਸਾਰਾ ਲੀ ਖਾਨ, 카ਰ্তিক ਆਰਿਆਨ ਅਤੇ ਅਮਰਤਾ ਖਾਨ ਬਿਲਕਰ ਵਰਗੀਆਂ ਕਈ ਫਿਲਮੀ ਹਸਤੀਆਂ ਵੀ ਮੌਜੂਦ ਰਹੀਆਂ। ਇਸ ਮੌਕੇ ਸਾਰਿਆਂ ਦਾ ਸਵਾਗਤ ਕਰਦਿਆਂ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤ ਨੂੰ ਕੰਟੈਂਟ ਦਾ ਹੱਬ ਬਣਾਉਣਾ ਹੈ। मैं पहले तो सबका स्वागत करता हूँ एशिया के सबसे बड़े फिल्म फेस्टिवल का जो हर वर्ष गोवा में होता है फिफ्टी एडिशन है और बहुत कुछ नया है इसमें नया फिल्म बाज़ार है जहां देश और दुनिया की फिल्मों को ट्रेड किया जा सकता है एक ऐसा अवसर एक ऐसा प्लेटफॉर्म बना है जहां पर अंतर्राष्ट्रीय फिल्मों, फिल्मों का राष्ट्रीय फिल्मों का वर्ल्ड प्रीमियर हो रहा है और यही नहीं ओ सीरीज़ का भी वर्ल्ड प्रीमियर यहां पर हो रहा है तो एक ऐसा मंच बना जहाँ टेक्नोलॉजी को लेकर हम दुनिया को दिखा सकते हैं कि भारत कैसे अग्रणी है इस क्षेत्र में और अगर मैं कुल मिलाकर कहूँ भारत को दैट इंडिया शुड बी द कॉन्टेंट हब ऑफ द वर्ल्ड उसके लिए क्या चाहिए आपको टैलेंटेड मैन पावर चाहिए आपको टेक्नोलॉजी ड्रिवन लोग चाहिए आपको एक्सपीरियंस्ड फिल्म मेकर चाहिए फिल्म शूटिंग के लिए बहुत अच्छी लोकेशंस चाहिए तो को प्रोडक्शन के भी बहुत ऑप्शंस हैं पोस्ट प्रोडक्शन के यहाँ पर पहले ही भारत ने बहुत अच्छा काम किया है और मुझे लगता है कि जो हम आज़ादी का अमृत महोत्सव मना रहे हैं ये अमृत महोत्सव से लेकर अमृतकाल का समय यानी कि जब भारत सौ साल मना रहा होगा तब देश को कैसे देखा जाए तब विश्व का केवल भारत सबसे बड़ी फिल्म बनाने वाला ही नहीं सबसे बड़ा बाजार सबसे बड़ा फेस्टिवल करने वाला और दुनिया का एक ऐसा केंद्र बिंदु हो जहां लगे कि भारत के बिना फिल्मी दुनिया अधूरी है अनुराग सिंह ठाकुर ने क्या कि इफ्फी का लगातार विस्तार हो रहा है फॉर द फर्स्ट टाइम इफी विल है टेक्नोलॉजी हब टू शो केज दिन फॉर द सिनेमा वर्ल्ड अप इज समथिंग वेरी क्लोज टू माई हार्ट एंड वॉज बॉर्न लास्ट ईयर फ्रॉम द ऑनरेबल प्राइम मिनिस्टर्स विजन टू गिव द यूथ अ प्लेटफॉर्म टू शो केज द टैलेंट एंड अपल्डिंग द स्परिट ऑफ आर यूथफुल एंड डायनेमिक कंट्री 1000 entries across 10 categories 75 creative minds of tomorrow have been selected after a rigorous process by eminent jury comprising of lifetime awardees NFA Grammy and Oscar winners ਸੂਚਨਾ ਦੇ ਪ੍ਰਸਾਰਣ ਸਕੱਤਰ ਅਪੁਰਪ ਚੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਲਮ ਫੈਸਟੀਵਲ ਬਾਰੇ ਦਿੱਤਾ ਸੁਨੇਹਾ ਪੜ੍ਹ ਕੇ ਸੁਣਾਇਆ ਸਪੇਨ ਦੇ ਫਿਲਮ ਡਾਇਰੈਕਟਰ 카ਰਲੋਸ ਸੋਰਾ ਨੂੰ ਸਤਿਆਜੀਤ ਫਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਉਨ੍ਹਾਂ ਦੀ ਪੁੱਤਰੀ ਅੰਨਾ ਸੋਰਾ ਨੇ ਇਹ ਅਵਾਰਡ ਹਾਸਲ ਕੀਤਾ ਉੱਗੇ ਅਦਾਕਾਰ ਡਾਂਸਰ ਫਿਲਮ ਡਾਇਰੈਕਟਰ ਅਤੇ ਸਿਆਸਤਦਾਨ ਚਰਨਜੀਵੀ ਨੂੰ ਇੰਡੀਅਨ ਫਿਲਮ ਪਰਸਨੈਲਿਟੀ ਆਫ ਦਾ ਈਅਰ ਦਾ ਅਵਾਰਡ ਪ੍ਰਦਾਨ ਕੀਤਾ ਗਿਆ ਦਿਵੰਗਜਨਾਂ ਨੂੰ ਫਿਲਮਾਂ ਦਿਖਾਉਣ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਰੀਚਰਡ ਐਟਨੋਵੋ ਦੀ ਔਸਕਰ ਅਵਾਰਡ ਜੇਤੂ ਫਿਲਮ ਗਾਂਧੀ ਅਤੇ ਅਨੰਤ ਨਾਰਾਇਣ ਮਹਾਦੇਵਨ ਵੱਲੋਂ ਨਿਰਦੇਸ਼ਿਤ ਦਾ ਸਟੋਰੀ ਟੈਲਰ ਵਰਗੀਆਂ ਫਿਲਮਾਂ ਦਿਵੰਗਜਨਾਂ ਵਰਗ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ हिमाचल प्रदेश ਅਤੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ਤੇ 5 ਦਸੰਬਰ ਸ਼ਾਮ 6:30 ਵਜੇ ਤੱਕ ਪਾਬੰਦੀ ਲਗਾ ਦਿੱਤੀ ਹੈ ਇਹ ਪਾਬੰਦੀ ਐਗਜ਼ਿਟ ਪੋਲ ਕਰਵਾਉਣ ਅਤੇ ਪ੍ਰਕਾਸ਼ਿਤ ਕਰਨ ਤੇ ਲਗਾਈ ਗਈ ਹੈ ਐਕਜ਼ਿਟ ਪੋਲ ਤੇ ਇਹ ਪਾਬੰਦੀ ਪੰਜ ਰਾਜਾਂ ਉੱਤਰ ਪ੍ਰਦੇਸ਼ ਉੜੀਸ਼ਾ ਰਾਜਸਥਾਨ ਬਿਹਾਰ ਅਤੇ ਛਤੀਸਗੜ੍ਹ ਵਿੱਚ ਹੋਣ ਵਾਲੀਆਂ ਉਪ ਚੋਣਾਂ ਤੇ ਵੀ ਲਾਗੂ ਰਹੇਗੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਚੋਣ ਮੁੱਦੇ ਨੂੰ ਕਿਸੇ ਵੀ ਓਪੀਨੀਅਨ ਪੋਲ ਜਾਂ ਕਿਸੇ ਹੋਰ ਚੋਣ ਸਰਵੇਖਣ ਦੇ ਨਤੀਜਿਆਂ ਸਮੇਤ ਕਿਸੇ ਵੀ ਇਲੈਕਟ੍ਰੋਨਿਕ মিডিਆ ਤੇ ਦਿਖਾਉਣ ਦੀ ਮਨਾਹੀ ਹੋਏਗੀ ਕਮਿਸ਼ਨ ਨੇ ਇਹਨਾਂ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਲੇਕੇ ਇਸ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਪੁਲਿਸ ਦੇ ਇੱਕ ਬੁਲਾਰੇ ਨੇ ਸ਼੍ਰੀਨਗਰ ਵਿੱਚ ਦੱਸਿਆ ਕਿ ਜ਼ਿਲ੍ਹੇ ਦੇ ਬੀਜ ਬਿਹਾੜਾ ਦੇ ਚੇਕੀ ਡੱਡੂ ਇਲਾਕੇ ਵਿੱਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਇਲਾਕੇ ਨੂੰ ਘੇਰਾ ਪਾਲ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਵੱਲੋਂ ਗੋਲੀਆਂ ਚਲਾਏ ਜਾਣ ਤੇ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਸੱਜਾਦ ਤਾਂਤਰੇ ਵਜੋਂ ਕੀਤੀ ਗਈ ਹੈ। ਇਸ ਦੌਰਾਨ ਜੰਮੂ ਕਸ਼ਮੀਰ ਪੁਲਿਸ ਅਤੇ ਫੌਜ ਨੇ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿੱਚ ਤਿੰਨ ਹਾਈਬ੍ਰਿਡ ਅਤਵਾਦੀਆਂ ਨੂੰ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਇੱਕ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਇਸ ਖੇਪ ਵਿੱਚ ਤਿੰਨ AK ਰਾਈਫਲਾਂ, ਦੋ ਪਿਸਤੌਲ, ਦੋ ਮੈਗਜ਼ੀਨ ਅਤੇ 200 ਰੌਂਦ ਸ਼ਾਮਲ ਨੇ। ਮਾਤਾਵਰੰਦੀ ਸਾਮ ਸੰਭਾਲ ਵਿੱਚ ਲੱਗੀ ਗੈਰ ਸਰਕਾਰੀ ਜੱਥੇਬੰਦੀ ਹਰਿਆਵਲ ਪੰਜਾਬ ਨੇ ਸੰਤ ਬਾਬਾ ਪੂਰੀwala ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪਿੰਡ ਅੰਮ੍ਰਿਤਸਰ ਵਿਖੇ ਅੱਜ ਖੇੜਿਆਵਲ ਮੇਲੇ ਦਾ ਆਯੋਜਨ ਕੀਤਾ। ਇਸ ਦਾ ਮੰਤਵ ਰੁੱਖ ਲਗਾਓ, ਪਾਣੀ ਬਚਾਓ ਅਤੇ ਪੋਲੀਥੀਨ ਪਜਾਓ ਰਿਹਾ। एक रिपोर्ट मैं हर साल अपने जन्मदिन पर एक पौधा लगाती हूँ अरे वाह अब से मैं भी अपने जन्मदिन पर एक पौधा जरूर लगाऊंगी देखा हमारे समय में लोग पर्यावरण से प्यार करते थे और पेड़ लगाते थे लेकिन आज तो पेड़ों को काटा जा रहा है नुक्कड़ नाटक राही बूटे लगा सुनेहा देंदे स्कूल दे ए बच्चे मौका रहा ਅੰਮ੍ਰਿਤਸਰ ਦੇ ਸੁਲਤਾਨਪਿੰਡ ਵਿਖੇ ਸੰਤ ਬਾਬਾ ਪੂਰੀ ਵਾਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਏ ਗਏ ਹਰੀਆਵਲ ਮੇਲੇ ਦਾ ਵਾਤਾਵਰਣ ਬਚਾਉਣ ਵਿੱਚ ਜੁਟੀ ਗੈਰ ਸਰਕਾਰੀ ਜਥੇਬੰਦੀ ਹਰੀਆਵਲ ਪੰਜਾਬ ਨੇ ਇਸ ਮੇਲੇ ਦਾ ਆਯੋਜਨ ਕੀਤਾ ਮਕਸਦ ਰਿਹਾ ਰੋਕ ਲਗਾਓ ਪਾਣੀ ਬਚਾਓ ਤੇ ਪੋਲੀਥੀਨ ਪਜਾਓ ਮੇਲੇ ਵਿੱਚ ਲਗਾਈਆਂ ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਵਾਤਾਵਰਣ ਦੀ ਰੱਖਿਆ ਲਈ ਵਾਤਾਵਰਣ ਪੂਰਕ ਤਰੀਕਿਆਂ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਹਰ ਕਾਰ ਨੂੰ ਹਰਿਤਕਰ ਬਣਾਇਆ ਜਾ ਸਕੇ हरियाणावल पंजाब ਦੇ ਸੰਯੋਜਕ ਪ੍ਰਵੀਨ ਕੁਮਾਰ ਨੇ ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪੂਰੇ ਪੰਜਾਬ ਦੇ ਕਾਰਕਟਰ ਆਪਣੇ ਆਪਣੇ ਜ਼ਿਲ੍ਹੇ ਤੋਂ ਪ੍ਰਦਰਸ਼ਨੀਆਂ ਲੈ ਕੇ ਆਏ ਨੇ ਮਾਡਲ ਲੈ ਕੇ ਆਏ ਉਹਦੇ ਮਾਧਿਅਮ ਦੇ ਨਾਲ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਅਸੀਂ ਇਹ ਜੋ ਕੰਮ ਹੈ ਪਰਿਆਵਰਣ ਵਾਤਾਵਰਣ ਸੰਭਾਲ ਦਾ ਜੋ ਕੰਮ ਹੈ ਅਸੀਂ ਮਿਲ ਕੇ ਹੱਲ ਕਰ ਸਕਦੇ ਹਾਂ ਇਹ ਕੰਮ ਇੱਕ ਬੰਦੇ ਦੇ ਕਰਨ ਵਾਲਾ ਨਹੀਂ ਹੈ ਜਥੇਬੰਦ ਹੋਣ ਦੀ ਲੋੜ ਹੈ ਪਰਿਆਵਰਣ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਪਿਛਲੇ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਭ ਲੋਕ ਅਹੀ ਜਥੇਬੰਦ ਹੋਈਏ ਮਿਲ ਕੇ ਕੰਮ ਕਰੀਏ ਸਹਿਯੋਗ ਦਿਈਏ ਸਹਿਯੋਗ ਲਈਏ ਔਰ ਆਪਣੇ ਵਾਤਾਵਰਨ ਨੂੰ ਬਚਾਈਏ ਮੇਲੇ ਵਿੱਚ ਸ਼ਾਮਲ ਲੋਕ ਵਾਤਾਵਰਨ ਬਚਾਉਣ ਸੰਬੰਧੀ ਆਪਣੇ ਵੱਖ-ਵੱਖ ਮਾਡਲ ਲੈ ਕੇ ਆਏ ਹੁਸ਼ਾਰਪੁਰ ਤੋਂ ਆਏ ਪੂਜਾ ਮਹਾਜਨ ਮੁਤਾਬਕ दे किचन दे वेस्ट कई तरह फायदे जा ने। मेरा क्या है कि लोगों को कूड़े की मैनेजमेंट सिखाना और recycle, में क्या है कि हमने वो आइटम्स भी बता रखी है कि आप जिनको फिर से रीयूज कर सकते हो जिनको आप कम कर रिड्यूज मतलब आप जला के उसको कूड़े को कम कर सकते हो और एक है कि रिसाइकिल जो कि इंडस्ट्रीज में यूज होता है पूरा वो उसको भी उसका पूरा मॉडल बना रखा है बर्मी कंपोस्ट का भी मॉडल बना के लाई हूँ जो कि किचन वेस्ट होता है उसको कि हम लोग कैसे कंपोस्ट खाद बना सकते हैं जो कि हमारे खेतों में काम आ सकती है हमारे किचन गार्डन में काम आ सकती है हरियावल पंजाब वालों सूबे में दस लाख तो वध रुख लगाए जा चुके हैं जल सुरक्षा के नाल कचरा प्रबंधन का काम भी जारी है ਯਕੀਨਨ ਅਜਿਹੇ ਮੇਲੇ ਆਮ ਲੋਕਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਵੱਲ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਮਨਿੰਦਰ ਪਾਲ ਮੋਂਗਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਭਾਰਤ ਪਾਕਿਸਤਾਨ ਤੇ ਕਮਾਂਤਰੀ ਸਰਹੱਦ ਤੇ ਬੀਤੀ ਰਾਤ ਦੋ ਵਾਰ ਸਰਹੱਦ ਪਾਰੋਂ ਡਰੋਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਅੰਮ੍ਰਿਤਸਰ ਜ਼ਿਲ੍ਹੇ ਦੀ ਕੋਸੋਵਾਲ ਬੀਓਪੀ ਦੇ ਇਲਾਕੇ ਵਿੱਚ ਰਾਤ ਤਕਰੀਬਨ 9:35 ਮਿੰਟ ਤੇ ਡਰੋਨ ਦੀ ਗਤੀਵਿਧੀ ਨੋਟਿਸ ਕੀਤੀ ਗਈ। ਸੀਮਾ ਸੁਰੱਖਿਆ ਬਲ ਦੇ ਚੌਕਸ ਜਵਾਨਾਂ ਨੇ ਡਰੋਨ ਵੱਲ ਕੁੱਲ 96 ਰਾਉਂਡ ਦਾਗਿਆ ਤੇ 5 ਰੌਸ਼ਨੀ ਬੰਮ ਛੱਡੇ। ਤਕਰੀਬਨ 10 ਮਿੰਟ ਮਗਰੋਂ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਇਧਰ ਗੁਰਦਾਸਪੁਰ ਸੈਕਟਰ ਦੇ ਸਰਹੱਦੀ ਪਿੰਡ ਚੰਨਾਪੱਤਨ ਵਿਖੇ ਵੀ ਰਾਤ ਤਕਰੀਬਨ 11:40 ਮਿੰਟ ਤੇ ਡਰੋਨ ਦੀ ਗਤੀਵਿਧੀ ਦੇਖੀ ਗਈ ਜਿਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ 10 ਰਾਉਂਡ ਫਾਇਰਿੰਗ ਕੀਤੀਆਂ। ਸੀਮਾ ਸੁਰੱਖਿਆ ਬਲ ਵੱਲੋਂ ਦੋਮ ਆ ਗਿਆ ਹੈ ਭਾਰਤੀ ਫੌਜ ਵਿੱਚ ਭਰਤੀ ਲਈ ਉਮੀਦਵਾਰਾਂ ਦੀ ਰੈਲੀ ਕੱਲ 21 ਨਵੰਬਰ ਤੋਂ ਜਲੰਧਰ ਕੈਂਟ ਵਿਖੇ ਸਿੱਖ ਲਾਈਟ ਰੈਜੀਮੈਂਟ ਦੀ ਫੁੱਟਬਾਲ ਗਰਾਊਂਡ ਵਿੱਚ ਸ਼ੁਰੂ ਹੋ ਰਹੀ ਹੈ ਇਹ ਰੈਲੀ 5 ਦਸੰਬਰ ਤੱਕ ਚੱਲੇਗੀ ਉਮੀਦਵਾਰਾਂ ਨੂੰ ਸਵੇਰੇ 4 ਵਜੇ ਰੈਲੀ ਮੈਦਾਨ ਵਿੱਚ ਪਹੁੰਚਣਾ ਲਾਜ਼ਮੀ ਹੋਏਗਾ ਫੌਜ ਦੇ ਇੱਕ ਬੁਲਾਰੇ ਨੇ ਜਲੰਧਰ ਵਿੱਚ ਦੱਸਿਆ ਕਿ ਇਸ ਰੈਲੀ ਵਿੱਚ ਆਰਮੀ ਅਗਨੀਵੀਰ ਸ਼ੋਲਜਰ ਜਨਰਲ ਡਿਊਟੀ ਕਲਰਕ ਕਲਰਕ ਐਸਕੇਟੀ ਤਕਨੀਕੀ ਵਪਾਰੀ ਨਰਸਿੰਗ ਸਹਾਇਕ ਵੈਟਰਨਰੀ ਨਰਸਿੰਗ ਸਹਾਇਕ ਅਤੇ ਧਾਰਮਿਕ ਅਧਿਆਪਕਾਂ ਦੀ ਭਰਤੀ ਕੀਤੀ ਜਾਏਗੀ ਮਲਾ ਸੀਐਮਪੀ ਰੈਲੀ 7 ਤੋਂ 10 ਦਸੰਬਰ ਤੱਕ ਰੱਖੀ ਗਈ ਹੈ ਉਮੀਦਵਾਰਾਂ ਨੂੰ ਭਰਤੀ ਰੈਲੀ ਦੇ ਨੋਟੀਫਿਕੇਸ਼ਨ ਅਨੁਸਾਰ ਸਾਰੇ ਅਸਲ ਦਸਤਾਵੇਜ਼ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ ਇਹਨਾਂ ਦਸਤਾਵੇਜ਼ਾਂ ਵਿੱਚ ਚਰਿੱਤਰ ਸਰਟੀਫਿਕੇਟ ਆਨਵੀਆਈ ਸਰਟੀਫਿਕੇਟ ਤੇ ਸਰਪੰਚ ਵੱਲੋਂ ਸਹੀ ਢੰਗ ਨਾਲ ਦਸਤਖਤ ਅਤੇ ਮੋਹਰ ਵਾਲੀ ਪਾਸਪੋਰਟ ਸਾਈਜ਼ ਫੋਟੋ ਦੇ ਨਾਲ ਕੋਈ ਦਾਵਾ ਸਰਟੀਫਿਕੇਟ ਵੀ ਲਾਜ਼ਮੀ ਹੈ ਉਮੀਦਵਾਰਾਂ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਜਾਰੀ ਪੁਲਿਸ ਚਰਿੱਤਰ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ਤੇ ਆਪਣੇ ਹਲਫਨਾਮੇ ਵਿੱਚ ਸਪਸ਼ਟ ਤੌਰ ਤੇ ਇਸ ਗੱਲ ਦਾ ਜ਼ਿਕਰ ਕਰਨਾ ਹੋਵੇਗਾ ਕਿ ਉਹਨਾਂ ਕੇ ਹਿੰਸਕ ਪ੍ਰਦਰਸ਼ਨ ਅਗਜ਼ਨੀ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਕੰਮ ਵਿੱਚ ਹਿੱਸਾ ਨਹੀਂ ਲਿਆਏ। ਬੁਲਾਰੇ ਨੇ ਕਿਹਾ ਕਿ ਫੌਜ ਵਿੱਚ ਭਰਤੀ ਇੱਕ ਮੁਫਤ ਸੇਵਾ ਹੈ ਜਿਸ ਦੀ ਚੋਣ ਨਰਪੱਖ ਤੇ ਆਧਾਰ ਤੇ ਕੀਤੀ ਜਾਂਦੀ ਹੈ। ਇਸ ਭਰਤੀ ਲਈ ਕਿਸੇ ਨੂੰ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਅਤੇ ਸਾਰੇ ਉਮੀਦਵਾਰਾਂ ਨੂੰ ਟਾਊਟਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨੌਮੀ ਪਾਤਸ਼ੀ ਸ਼ਿਰਗੁਰ ਤੇਗ ਬਹਾਦਰ ਜੀ ਦੇ ਸ਼ੀ ਦਿਵਸ ਨੂੰ ਸਮਰਪਿਤ ਇੱਕ ਨਗਰ ਕੀਰਤਨ ਅੱਜ ਸਵੇਰੇ ਜਲੰਧਰ ਵਿੱਚ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਨੌਮੀ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰਦੇਕਬਾਦਰ ਨਗਰ ਤੋਂ ਸ਼ੁਰੂ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਸੁਜਾਇਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਹਨਾਂ ਸੰਗਤਾਂ ਨੇ ਲਗਾਤਾਰ ਗੁਰਬਾਣੀ ਦਾ ਮਨੋਰ ਕੀਰਤਨ ਕੀਤਾ। ਰਸਤੇ ਵਿੱਚ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਨਤਮਸਤਕ ਹੋਈਆਂ। ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਦਾ ਸਵਾਗਤ ਕੀਤਾ। ਨਗਰ ਕੀਰਤਨ ਵਿੱਚ ਸ਼ਾਮਲ ਗੱਤਕਾ ਪਾਟੀਆਂ ਨੇ ਆਪਣੇ ਕਰਤੱਬਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਕਾਂ ਨੂੰ ਹੈਰਾਨ ਕਰਨ ਕੀਤਾ। ਨਗਰ ਕੀਰਤਨ ਦੇ ਸਮੁੱਚੇ ਰਸਤੇ ਵਿੱਚ ਲੋਕਾਂ ਵੱਲੋਂ ਵੱਖ-ਵੱਖ ਚੀਜ਼ਾਂ ਦੇ ਲੰਗਰ ਲਗਾਏ ਗਏ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ T20 ਕ੍ਰਿਕਟ ਮੈਚਾਂ ਦੀ ਲੜੀ ਦੇ ਅੱਜ ਮਾਉਂਟ ਮਗਨੋਈ ਦੇ ਬੇ ਓਵਲ ਕ੍ਰਿਕਟ ਸਟੇਡੀਅਮ ਵਿੱਚ ਖੇਡੇਗੇ। ਦੂਜੇ ਮੈਚ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਅਤੇ ਲੜੀ ਵਿੱਚ 1-0 ਨਾਲ ਅਗੇਦ ਬਣਾ ਲਈਏ। ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਟਾਸ ਆਰ ਕੇ ਪਹਿਲਾਂ ਖੇਡਦੇ ਆ ਭਾਰਤ ਨੇ ਮਿੱਥੇ 20 ਓਵਰਾਂ ਵਿੱਚ 6 ਵਿਕਟ ਪਿੱਛੇ 191 ਦੌੜਾਂ ਬਣਾਈਆਂ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 126 ਦੌੜਾਂ ਹੀ ਬਣਾ ਸਕੀ ਦੀਪਕ ਖੋਡਾ ਨੇ 10 ਦੌੜਾਂ ਦੇ ਕੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ ਇਸ ਤੋਂ ਪਹਿਲਾਂ ਭਾਰਤ ਵੱਲੋਂ ਸੋਰੀਆ ਕੁਮਾਰ ਯਾਦਵ ਨੇ 51 ਗੇਂਦਾਂ ਤੇ 111 ਦੌੜਾਂ ਦਾ ਯੋਗਦਾਨ ਦਿੱਤਾ ਤੇ T20 ਕੈਰੀਅਰ ਵਿੱਚ ਆਪਣਾ ਦੂਜਾ ਸੈਂਕੜਾ ਲਗਾਇਆ ਲੜੀ ਦਾ ਤੀਜਾ ਤੇ ਆਖਰੀ T20 22 ਨਵੰਬਰ ਨੂੰ ਨੇਪੀਅਰ ਵਿੱਚ ਖੇਡਿਆ ਜਾਏਗਾ ਦੋਹਾਂ ਟੀਮਾਂ ਵਿਚਾਲੇ ਤਿੰਨ ਇੱਕ ਦਿਨਾ ਕੁਮੰਤਰੀ ক্রিকেট ਮੈਚ ਵੀ ਖੇਡੇ ਜਾਣਗੇ ਫੀਫਾ ਫੁੱਟਬਾਲ ਵਿਸ਼ਵ ਕੱਪ ਅੱਜ ਕਤਰ ਵਿੱਚ ਸ਼ੁਰੂ ਹੋਇਆ ਤਕਰੀਬਨ 1 ਮਹੀਨੇ ਤੱਕ ਚੱਲਣ ਵਾਲੇ ਫੁੱਟਬਾਲ ਦੇ ਇਸ ਮਹਾਕੁੰਭ ਵਿੱਚ ਵਿਸ਼ਵ ਦੀਆਂ 32 ਟੀਮਾਂ ਖਿਤਾਬ ਜਿੱਤਣ ਲਈ ਜ਼ੋਰ ਅਜਮਾਈ ਕਰਨਗੀਆਂ ਫੀਫਾ ਵਿਸ਼ਵ ਕੱਪ 2022 ਵਿੱਚ ਹਿੱਸਾ ਲੈਣ ਵਾਲੀਆਂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ 8 ਗਰੁੱਪਾਂ ਵਿੱਚ ਵੰਡਿਆ ਗਿਆ ਹੈ ਅਤੇ ਕੁੱਲ 64 ਮੈਚ ਖੇਡੇ ਜਾਣਗੇ ਸ਼ੁਰੂਆਤੀ ਮੁਕਾਬਲਾ ਇਸ ਵੇਲੇ ਮੇਜ਼ਬਾਨ ਕਤਰ ਅਤੇ ਇਕਵਾਡੋਰ ਵਿਚਾਲੇ ਹੋ ਰਿਹਾ ਹੈ ਇਸ ਦੌਰਾਨ FIFA ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ 2 ਦਿਨਾਂ ਦੌਰੇ ਤੇ ਕਤਰ ਪਹੁੰਚੇ ਵਿਦੇਸ਼ ਮੰਤਰਾਲਾ ਦੇ ਇੱਕ ਬਿਆਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਜਗਦੀਪ ਧਨਖੜ ਕਤਰ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ ਤੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਇਜਾਜ਼ਤ ਦਿਓ ਨਮਸਕਾਰ